ਤੁਸੀਂ ਲੋਕਾਂ ਦੇ ਦਹਿਸ਼ਤ ਇਹ ਫੈਲਾ ਰਹੇ ਹੋ ਕਿ ਜੇ ਤੁਸੀਂ ਸੜਕਾਂ ਤੇ ਜਾਂਦੇ ਹੋ ਉੱਥੇ ਕੋਈ ਨੁਕਸਾਨ ਹੋਇਆ ਤੁਹਾਡੀ ਪ੍ਰੋਪਰਟੀ ਅਟੈਚ ਕਰਕੇ ਪ੍ਰੋਪਰਟੀ ਵੇਚ ਕੇ ਅਸੀਂ ਤੁਹਾਡੀ ਮਤਲਬ ਭਰਪਾਈ ਕਰਾਵਾਂਗੇ। ਨੋਟਿਸ ਦਿੱਤੇ ਜਾ ਰਹੇ ਨੇ ਘਰਾਂ ਦੇ ਵਿੱਚ, ਸਾਡੀਆਂ ਬੀਬੀਆਂ ਜਿਹੜੀਆਂ ਹਰਿਆਣੇ ਚ ਬੈਠੀਆਂ ਨੇ ਉਹ ਸਾਡੇ ਪੂਰੇ ਦੇਸ਼ ਦੀਆਂ ਨੌਹਾਂ ਦੇਸ਼ ਦੀਆਂ ਧੀਆਂ ਨੇ, ਜਿਨ੍ਹਾਂ ਨੂੰ ਜਾ ਕੇ ਤੁਹਾਡੀ ਪੁਲਿਸ ਧਮਕਾ ਰਹੀ ਹੈ। ਪਤਾ ਨਹੀਂ ਕਿੰਨੀ ਕਿੰਨੀ ਬਦਸਲੂਕੀ ਕੀਤੀ ਜਾ ਰਹੀ ਉਹਨਾਂ ਨਾਲ। ਇਹ ਕਿਹੜਾ ਤਰੀਕਾ ਹੋ ਗਿਆ ਜੀ? ਅੱਜ ਨੈੱਟ ਬੰਦ ਕਰਨ ਦਾ ਪ੍ਰੋਗਰਾਮ ਬਣਾ ਲਿਆ ਕਿ ਨੈੱਟ ਬੰਦ ਕਰ ਦਿਓ। ਇਹ ਜਿਹੜਾ ਤੁਸੀਂ ਨੈੱਟ ਬੰਦ ਕਰੋਗੇ, ਤੁਹਾਡੇ ਕੋਲ ਰਾਈਟ ਹੈ ਨੈੱਟ ਬੰਦ ਕਰਨ ਦਾ? ਲੋਕਾਂ ਨੂੰ ਤੁਸੀਂ ਸੁਵਿਧਾ ਦਿੱਤੀ ਹੈ ਨੈੱਟ ਦੀ, ਤੁਸੀਂ ਚੁੱਪ ਕਰਕੇ ਅੱਜ ਲੋਕਾਂ ਨੂੰ ਕੁੱਟਣ ਦੇ ਲਈ, ਲੋਕਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਔਰ ਆਪਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਨੈੱਟ ਬੰਦ ਕਰਕੇ ਬਹਿ ਗਈ ਸਰਕਾਰ। ਇਹ ਬਹੁਤ ਗਲਤ ਫੈਸਲਾ ਤੁਹਾਡਾ, ਬਹੁਤ ਗਲਤ ਚੱਲ ਰਹੀ ਹੈ ਸਰਕਾਰ। ਮੈਂ ਭਾਰਤ ਸਰਕਾਰ ਦੇ ਉਹਨਾਂ ਮੰਤਰੀਆਂ ਨੂੰ ਨਿਵੇਦਨ ਕਰਨਾ ਚਾਹੁੰਦਾ ਹਾਂ, ਮੇਰੀ ਬੇਨਤੀ ਹੈ ਕਿ ਗੱਲਬਾਤ ਲਈ ਸਾਨੂੰ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੱਲਬਾਤ ਲਈ ਕਰਨ ਲਈ ਆਉਣ ਨੂੰ ਤਿਆਰ ਹਾਂ, ਗੱਲਬਾਤ ਲਈ ਆਉਣਾ ਹੈ, ਫਿਰ ਪਹਿਲਾਂ ਇਹਨੂੰ ਹਰਿਆਣੇ ਦੇ ਹਾਲਾਤ ਤਾਂ ਸੁਧਾਰੋ, ਕਰ ਲਓ ਤੁਸੀਂ ਬੈਰੀਕੇਡਿੰਗ ਕਰ ਰਹੇ। ਜੇ ਤੁਹਾਨੂੰ ਤੁਹਾਡੇ ਕੋਲੋਂ ਕਿਸਾਨਾਂ ਦੀਆਂ ਗੱਲਾਂ ਦਾ ਸਾਹਮਣਾ ਨਹੀਂ ਹੁੰਦਾ, ਬੈਰੀਕੇਡਿੰਗ ਕਰ ਲਓ, ਪਰ ਉਹਨਾਂ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ, ਉਹਨਾਂ ਦਾ ਨੈੱਟ ਬੰਦ ਕਰਨਾ ਕਿਧਰ ਲਈ ਜਾਵੇਦਾਰੀ ਹੈ? ਇਹ ਸਰਕਾਰ ਤੁਰੰਤ ਬੰਦ ਕਰੇ।